ਕਈਆਂ ਨੇ ਲੋਨ ਲਿੱਤੇ ਨੇ ਕੋਆਪਰੇਟਿਵਾਂ ਚੋਂ, ਕਈਆਂ ਨੇ ਲੱਕੇ ਦੇ ਨੈਸ਼ਨਲ ਬੈਂਕਾਂ ਚੋਂ, ਕਈਆਂ ਨੇ ਆੜਤੀਆਂ ਤੋਂ ਲਿੱਤੇ ਹੋਏ ਨੇ। ਇਹ ਤਿੰਨਾਂ ਨੇ ਜਿਹੜਾ ਤੁਹਾਡਾ ਕਰਜ਼ਾ ਹੈ ਅਸੀਂ ਦੇਵਾਂਗੇ, ਪੰਜਾਬ ਸਰਕਾਰ ਦੇਊਗੀ, ਤੁਹਾਨੂੰ ਪੇ ਕਰਨ ਦੀ ਲੋੜ ਨਹੀਂ। ਤੁਹਾਡਾ ਕਰਜ਼ਾ ਜੋ ਆੜਤੀਆਂ ਦੇ ਨਾਲ ਹੈ, ਆੜਤੀਆਂ ਨੂੰ ਅਸੀਂ ਦੇਵਾਂਗੇ। ਤੁਸੀਂ ਰਿਐਕਸ਼ਨ ਵੇਖ ਹੀ ਲਿਆ ਸੀਗਾ ਕਿ ਪੰਗੇ ਵਾਲਾ ਸਵਾਲ ਨਾ ਕਰਿਓ। ਲੋਕ ਦੁਖੀ ਨੇ, ਲੋਕ ਰੋਜ਼ ਮਤਲਬ ਆਪਣੇ ਸੂਬੇ 'ਚ ਪੰਜਾਬ 'ਚ, ਅੱਜ ਮੈਂ ਦੁੱਖ ਨਾਲ ਕਹਿੰਦਾ ਕਿ ਹਿਊਮਨ ਵੈਲਿਊ, ਹਿਊਮਨ ਲਾਈਫ, ਇੱਕ ਇਨਸਾਨ ਦੀ ਜਾਨ ਦੀ ਕੋਈ ਕੀਮਤ ਹੀ ਨਹੀਂ ਰਹਿ ਗਈ। ਆਹ ਬੰਬ ਬਲਾਸਟ 'ਤੇ ਮੈਂ ਅੱਜ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਇੱਕ ਵੱਖਰਾ ਟੌਪਿਕ ਹੈ। 11-12 ਇੰਸੀਡੈਂਟ ਹੋ ਗਏ ਬਟਾਲੇ ਵਾਲਾ, ਜੌੜੇ ਫਾਟਕ ਵਾਲਾ, ਲੁਧਿਆਣੇ ਵਾਲਾ, ਕਿਹੜੇ ਕਿਹੜੇ ਇਨਕੁਆਇਰੀਆਂ ਮਾਰਕ ਹੋ ਗਈ, ਰਿਜ਼ਲਟ ਜੀਰੋ ਕੀ। ਅੱਜ ਤੱਕ ਕੋਈ ਗੁਨੇਗਾਰ ਜਾਂ ਜ਼ਿੰਮੇਵਾਰ ਪਾਇਆ ਗਿਆ? ਜਿਨ੍ਹਾਂ ਨੇ ਇਹਨਾਂ ਲਿਸਟਾਂ 'ਚ ਕਿਸਾਨਾਂ ਦੀ ਜੇ ਧਾਂਦਲੀ ਕੀਤੀ, ਕੀ ਅੱਜ ਤੱਕ ਕੋਈ ਕਾਰਵਾਈ ਹੋਈ? ਨਹੀਂ। ਜਿਹੜੇ ਵਾਅਦੇ ਵਜ਼ੀਰ ਅਤੇ ਮੁੱਖ ਮੰਤਰੀ ਕਹਿ ਕੇ ਭੱਜ ਰਹੇ ਆ ਕਿ ਕੋਈ ਇਨਸਾਫ ਹੋ ਸਕਦਾ? ਹੁਣ ਮੈਂ ਚਾਹੂੰਗਾ ਤੁਸੀਂ ਉਹ ਵੀਡੀਓ ਵੀ ਜੇ 2 ਮਿੰਟ ਵੇਖ ਲਓ ਕਿ ਬੁੱਤ ਨੂੰ ਕੁੱਟ ਕਿਵੇਂ ਪੈਂਦੀ ਸੀ, ਥਾਣਾ ਸਾਹਮਣੇ, ਥਾਣੇਦਾਰ ਦੀ ਅੱਖ ਦੇ ਸਾਹਮਣੇ, ਥਾਣੇਦਾਰ ਨੂੰ ਵੀ ਉਹਦੇ 'ਚ ਇੱਕ 'ਚ ਹੈੱਡ ਕਾਂਸਟੇਬਲ ਸੀ, ਉਹਨੂੰ ਕੁੱਟ ਪਈ ਜਦੋਂ ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ। ਉਹਨੂੰ ਮੈਂ ਫੋਨ ਕੀਤਾ, ਉਹਨੂੰ ਮੈਂ ਕਿਹਾ ਜੇ ਤੂੰ ਸੱਚ ਵੇਖਿਆ ਤਾਂ ਤੂੰ ਕਾਰਵਾਈ ਕਿਉਂ ਨਹੀਂ ਕਰਦੇ? ਕਹਿੰਦੇ ਭਾਅ ਜੀ ਤੁਸੀਂ ਸਿਆਣੇ ਹੋ, ਸਾਡੇ 'ਤੇ ਦਬਾਅ ਬੜਾ। ਆਹ ਤਾਂ ਗੱਲ ਹਾਲਾਤ, ਆਹ ਵੇਖ ਲਓ, ਆਓ ਬੁੱਤ ਸਿਉਂਦੀ ਹੁਣੇ ਆਊਗੀ ਫੋਟੋ ਤੁਹਾਨੂੰ, ਉਹ ਲਾਲ ਬੱਤੀ ਨਾਲ ਵਿਖਾ ਦੀ ਯਾਰ, ਕਿਸੇ ਹੁਣੇ ਵੇਖਿਓ ਜਦੋਂ ਨਿਕਲ ਕੇ ਆਉਂਦਾ। ਉਹ ਦੇਖੋ, ਉਹ ਫੜਿਆ ਉਹਦੇ ਖਿੱਚ ਤੂੰ ਹੋ ਰਹੀ ਆ, ਯੰਗ ਮੁੰਡੇ ਸਾਰੇ, ਕੋਟਲੀ ਸੂਰਤ ਮੱਲੀਆਂ ਪਿੰਡ ਸਾਹਮਣੇ ਥਾਣਾ, CCTV ਦੀ ਆ ਜੀ ਇਹ ਸਾਰੀ ਫੋਟੋ, ਹੁਣ ਇਹ ਨਿਕਲੂਗਾ ਜੀ ਇਹਦੇ ਚੋਂ, ਦੇਖਿਓ ਵਿਚਾਰੇ ਨੂੰ ਚੱਲਣ ਦੋ। ਚੱਲ ਰਿਹਾ ਇਹਨਾਂ ਦਾ। ਇਹਨਾਂ ਹਾਲਾਤਾਂ 'ਚ ਕੀ ਕਿਸੇ ਵਰਗ ਨਾਲ ਮੁਲਾਜ਼ਮ, ਜੇ ਨੌਕਰੀ ਉਹਨਾਂ ਨੂੰ ਕਿਹਾ ਸੀ ਨੌਕਰੀ ਮਿਲੂ ਤੁਹਾਨੂੰ ਪੱਕੇ ਕਰਾਂਗੇ, PF ਉਹਨਾਂ ਦਾ ਨਹੀਂ ਮਿਲਦਾ, DA ਉਹਨਾਂ ਦਾ ਨਹੀਂ ਮਿਲਦਾ, ਜੇ ਕੋਈ ਮੰਗਣ ਚਲੇ ਜਾਏ ਵਜ਼ੀਰ ਦੇ ਘਰ ਤਾਂ ਉਹਨੂੰ ਕੁੱਟ ਪੈਂਦੀ ਆ। ਤੁਸੀਂ ਸੰਗਰੂਰ 'ਚ ਵੇਖਿਆ ਹੀ ਆ ਕੀ ਕੁਛ ਹੋ ਰਿਹਾ ETT ਟੀਚਰਾਂ ਨਾਲ, SC ਸਕਾਲਰਸ਼ਿਪ, ਪਟਿਆਲੇ ਕਿਵੇਂ ਟੀਚਰ ਕੁੱਟੇ, ਤਨਖਾਹਾਂ 45,000 ਤੋਂ 15,000, ਅਤੇ ਐਡਵਾਈਜ਼ਰ ਲਾਉਣ ਨੂੰ ਤੁਹਾਡੇ ਕੋਲ ਪੈਸੇ ਨੇ, ਮਗਰ ਜੋ ਜਿਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਤਿਆਰ ਕਰਨੀ ਆ ਉਹਨਾਂ ਲਈ ਤੁਹਾਡੇ ਕੋਲ ਪੈਸੇ ਨਹੀਂ, ਜਿਨ੍ਹਾਂ ਨੇ ਸਾਰੀ ਪੰਜਾਬ ਦੀ ਇਕਾਨਮੀ ਆ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਿਰ 'ਤੇ ਚੱਲਦੀ ਆ, ਇਹਨਾਂ ਲਈ ਤੁਹਾਡੇ ਕੋਲ ਪੈਸੇ ਨਹੀਂ, ਇਹਨਾਂ ਨੂੰ ਤੁਸੀਂ ਝੂਠ ਬੋਲਦੇ। ਇਹਨਾਂ ਹਾਲਾਤਾਂ 'ਚ ਅੱਜ ਪੰਜਾਬ ਦੇ ਕੀ ਹਾਲਾਤ ਬਣਾਤੇ ਆ ਤੁਹਾਡੇ ਸਾਹਮਣੇ ਇਹ ਸਾਰੇ ਵਿਚਾਰ ਰੱਖਣ ਆਏ ਆ। ਜੇ ਤੁਸੀਂ ਚਾਹੋਗੇ ਗੁਰਸੇਵਕ ਸਿੰਘ ਜੀ ਕੁਛ ਆਪਦੇ ਗੱਲ ਕਰਨਾ ਚਾਹੁੰਦੇ ਤਾਂ ਉਹਨਾਂ ਦੀ ਵੀ 2 ਮਿੰਟ ਸੁਣ ਲਿਓ ਜੀ, ਉਹ ਦੱਸਣੇ ਵਾਅਦੇ ਪੂਰੇ ਕਰਤੇ 160 ਚੋਂ, ਇਸ਼ਤਿਹਾਰ ਆਉਂਦਾ 22 ਵਾਅਦਿਆਂ ਦਾ ਜਾਂ 21 ਵਾਅਦਿਆਂ ਦਾ, ਔਰ ਉਸ 21 ਵਾਅਦਿਆਂ 'ਚ ਵੀ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਚੇਤੇ ਕਰਾਉਣ ਵਾਸਤੇ ਇਕੱਠੇ ਹੋਏ ਆ ਕਿ ਪਿਛਲੇ ਲੰਮੇ ਸਮੇਂ ਤੋਂ, ਔਰ ਅੱਜ ਦੀ ਅਖਬਾਰਾਂ ਵੀ ਕੱਢੋ, ਛੋਟੀ ਛੋਟੀ ਉਮਰ ਦੇ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਸੁਸਾਈਡ ਦੀਆਂ ਖਬਰਾਂ, ਡੈਥਸ ਦੀਆਂ ਖਬਰਾਂ, ਔਰ ਜੋ ਖਬਰਾਂ ਅੱਜ ਪਿਛਲੇ 2.5 ਸਾਲਾਂ 'ਚ ਜਦੋਂ ਦੀ ਕਾਂਗਰਸ ਦੀ ਸਰਕਾਰ ਬਣੀ ਹੈ ਕੋਈ 1500 ਤੋਂ ਵੱਧ ਡੈਥਸ ਹੋ ਗਈਆਂ ਨੇ, ਉਹਦੇ ਲਈ ਜ਼ਿੰਮੇਵਾਰ ਕੌਣ? ਕਿਉਂ ਉਹਨਾਂ ਦੇ ਖਿਲਾਫ, ਕਾਂਗਰਸ ਦੇ ਖਿਲਾਫ ਜਾਂ ਉਹਨਾਂ ਦੀ ਲੀਡਰਸ਼ਿਪ ਦੇ ਖਿਲਾਫ ਜਾਂ ਉਹ ਜਿਹੜੀ ਸਰਕਾਰ ਹੈ ਉਹਨਾਂ ਦੇ ਮੁੱਖ ਮੰਤਰੀ ਅਤੇ ਉਹਨਾਂ ਦੇ ਵਜ਼ੀਰਾਂ ਦੇ ਖਿਲਾਫ 1500 ਡੈਥਾਂ ਦਾ ਪਰਚਾ ਕਿਉਂ ਨਹੀਂ ਦਰਜ ਹੋਣਾ ਚਾਹੀਦਾ? ਕਿਉਂਕਿ ਇਹਨਾਂ ਸਰਕਾਰ ਦੇ, ਸਰਕਾਰ ਨੇ, ਇਹਨਾਂ ਦੇ MLA ਨੇ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਵੀਡੀਓ ਮੈਂ ਤੁਹਾਨੂੰ ਵਿਖਾਈ ਸੀ ਜਿੱਥੇ ਗੱਲ ਕਹੀ ਸੀ ਕਿ 90,000 ਕਰੋੜ ਦਾ ਕਰਜ਼ਾ, ਕੈਪਟਨ ਅਮਰਿੰਦਰ ਸਿੰਘ ਜੀ ਆਪ ਕਹਿ ਰਹੇ ਆ ਕਿ ਮੈਂ 1-1 ਰੁਪਈਆ ਮਾਫ਼ ਕਰੂੰਗਾ, ਭਾਵੇਂ ਉਹ ਆੜਤੀਏ ਦਾ, ਭਾਵੇਂ ਉਹ ਕੋਆਪਰੇਟਿਵ ਦਾ, ਭਾਵੇਂ ਉਹ ਬੈਂਕਾਂ ਦਾ। ਅੱਜ ਉਹ ਸਾਰੇ ਵਾਅਦੇ ਤੋਂ ਸਰਕਾਰ ਭੱਜ ਗਈ। ਫਿਰ ਇਕੱਲਾ ਵਾਅਦਾ ਨਹੀਂ ਕੀਤਾ, ਪਹਿਲੀ ਵਾਰੀ ਕੋਈ ਮੁੱਖ ਮੰਤਰੀ ਹੋਇਆ 1947 ਤੋਂ ਬਾਅਦ ਜਿੱਥੇ ਘਰ ਘਰ ਫਾਰਮ ਭਰਾਏ ਗਏ, ਫਾਰਮ ਸਾਈਨ ਕਰਾਏ ਗਏ, ਫਾਰਮ ਦੀ ਰਸੀਦ ਰੱਖੀ ਗਈ, ਔਰ ਇੱਕ ਤਰੀਕੇ ਦਾ ਇਕਰਾਰਨਾਮਾ ਕਹਿ ਲਓ, ਵਾਅਦਾ ਕਰ ਲਓ ਹੋ ਗਿਆ ਲੋਕਾਂ ਨਾਲ ਕਿ ਇਹ ਫਾਰਮ ਸਾਂਭ ਲਿਓ, ਜਿਸ ਦਿਨ 2017 ਨੂੰ ਕਾਂਗਰਸ ਦੀ ਸਰਕਾਰ ਬਣੂ ਤੁਹਾਡੇ ਕਰਜ਼ੇ ਆਟੋਮੈਟਿਕਲੀ, ਲੋਕਾਂ ਨੇ ਸਮਝਿਆ, ਮਾਫ਼ ਹੋ ਜਾਣ। ਫਿਰ ਸਹੁੰ ਖਾਧੀ ਜਾ ਕੇ ਸਭ ਤੋਂ ਵੱਡੀ ਗੱਲ
कि दमदमा साहब की पवित्र धरती से सहबे कमाल सरबंसदानी गुरु गोबिंद सिंह जी महाराज सच्चे पातशाह की चरणा की झूठी सौ तो गुटका साहब नू हाथ फड़ के झूठी सौ खाने वाले अज हर आप दे वहदे तो भज गए कि इन्हां दे खिलाफ कार्रवाई नहीं बनती। मेरा पहला सवाल अज गुरसेवक सिंह जी आए लाकने पिंड तो जिन्हों का एक रुपया चार पैसे माफ होए तो कुल करजा किन्ना सी 1,40,000 रुपया और अज ये झांसे च आए कांग्रेस पार्टी के वोटां दित्तियां प्रोग्रामां ते गए जदों कैप्टन अमरिंदर सिंह का प्रोग्राम होया सी अपना किसानी माफी का तरन तारण इन्हां नूं सुनी इन्हां दी सुनवाई नहीं होई उन्हां वजीरां कोल भी गए जिन्हां दी हाजरी च स्टेजां चों गीत चलदे सन इश्क दा गिद्दा पैंदा नहीं इह आप तां ला के चार पैग वलीए भंगड़े पाउंदे सन कांग्रेसी ते जिन्हां दा दर्द समझना सी उन्हां दा दर्द अज तक कोई नहीं समझ रिहा अज भी इह भटकदे फिरदे लवप्रीत अरगे जिन्हां दे पंज परिवारां चों खुदकुशियां हो गईआं कुलवंत सिंह ने लवप्रीत दे फादर ने उस दिन कीती जिस दिन करजा माफ़ी शुरू हुई सी क्योंकि उहदा नां उस करजे माफ़ी च नहीं सी या फ्रीडम फाइटर दे परिवार उधम सिंह जी वर्गे फरीदकोट तों उन्हां दे परिवार दे जी खुदकुशी करके माफ़ी कोई नहीं है जबकि कांग्रेसी लीडरां दे मैं निहाल सिंह वाले दे खास इंसीडेंट कोट कीते आ जिन्हां दे 18 किले वाले दे 8 किले वाले दे 2 लख किसी का 1,95,000 माफ़ हो गया तो बुद्ध सिंह जी के घर जाके कैप्टन अमरिंदर सिंह ने यह स्कीम शुरू की सी कोटली सूरत मलिया का वह क्यों नहीं माफ़ होया जां गुरसेवक का क्यों नहीं होया किसी जिहड़ा जेन्युइन बेनीफिशरी सी जिहदा सच्ची च माफ़ होना चाहिए सी किसी नूं 1 रुपया माफ़ी 9 रुपया माफ़ी 3 रुपया माफ़ी 100 रुपया माफ़ी मजाक उड़ाए गए उन्हां नाल और जिन्हां दे धांधली जिहड़ी लिस्ट च होई आ जिहड़ा कांग्रेस का लीडर सी या कांग्रेसी दे लेड़े सी उहदी अज तक कोई जांच नहीं कोई जिम्मेवार नहीं ठहराया जा रहा ये सारे पक्ष भावें वह किसानी दे सन भावें वह नौजवानी नाल धोखा नौकरी का भावें वह दलित भरावां नाल पेंशन शगन स्कीम या एससी स्कालरशिप के धोखे या किसानां नाल जिहड़े हड़ां च मुआवजे की गल सी अज तक वो कोई मुआवजा नहीं पहुँचा 17-18 का मुआवजा कोई नहीं पहुँचा गन्ने के किसान नूं 750 करोड़ रुपया ड्यू आ वह नहीं दिता जा रहा हर तरीके तो मुलाजिम नूं लैके उहदा DAPF नहीं दिता जा रहा पे कमीशन नहीं लागू हो रही इश्तहार फुल भेजता कि वहदे 160 चों 140 पूरे करते ऑन ग्राउंड लोगों के हालात थोड़े सामने आ कि रोज़ धरने वज रहे हैं कोई किसी मंत्री नूं घेरदा कोई किसी नूं घेरदा जिहदी तनखाह टीचर की 45 तों 15 हो जाए जिन्हों ठेके वाले नूं कहा सी तैनूं पक्के कर देंगे घर घर नौकरी दे दे जो अज पुछन जांदे उन्हां नूं कुट पैंदी आ उन्हां दे परचे दर्ज होंदे ये पंजाब दे डिटीओरेटिंग हालातों नूं अज थोड़े सामने लैके आए जिहड़ी वीडियो विखाई आ जी कि कोई मेरे वल्लों बनाई गई गल नहीं कैप्टन अमरिंदर सिंह ने जो स्टेज तो कहा वह थोनू विखाया बुद्ध सिंह दे घर गए वह थोनू विखाया और बुद्ध सिंह नूं किवें कुट्टिया गया उहदी पग लाई गई मगर उन्होंने इंसाफ कोई नहीं वो वीडियो थोनू विखाई जां गुरसेवक सिंह जी वर्गे जां इन्हां वर्गे होर 13,000 पिंडां च जिहड़े साडे किसान वीर जां खेत मजदूर वीर फिरदे आ जिन्हां नूं अज कोई पुछ नहीं रिहा सुनवाई नहीं हो रही ये स्कीम फेल हो गई है कांग्रेस की करजा माफ़ी की यह स्कीम धोखा है तो जिन्हां ने धोखा किया जिन्हां दे करके अज 1300 तो वध मौतां हो गईआं जिन्हां की श्रद्धांजलि असी ऑबिचुअरी रेफरेंस या शोक मतिया पंजाब दे विधानसभा के स्पीकर साहब भेजते हैं फिर उस 1300 मौतों लई जिहड़े जिम्मेवार है उन्हां दे खिलाफ़ परचा क्यों नहीं दर्ज हो रहा उन्हां नूं क्यों छड्डिया जा रहा उन्हां दी मदद कौन कर रहा क्यों उन्हां दी मदद हो रही नहीं वादा खिलाफ़ी दे बारे तो कैप्टन अमरिंदर सिंह जी का मेरे वल्लों उन्हां नूं धन्नवाद है जी तो उन्हां नूं इस गल का मैं धन्नवाद करदा और वधाई देना कि उन्होंने सच नूं कबूलिया उन्होंने आप कहा कि चारां चों असीं 1 सीट जित जाईए तो साडी बड़ी वड्डी प्राप्ति होगी और अज इस गल के बारे तो साबका PPCC प्रधान प्रताप सिंह बाजवा ने भी कहा कि कांग्रेस ने आपकी हार कबूली और कबूलनी क्यों पै रही है क्योंकि वर्ग तो तुम कोई छड़िया नहीं हरेक नाल धोखा किया प्रशासन जिम्मेवार है जी सरकार जिम्मेवार है चाहे वह जौड़े फाटक का ब्लास्ट है चाहे वह बटाले का ब्लास्ट है तो चाहे वह ये ब्लास्ट है क्यों नहीं इन्हों के खिलाफ परचे दर्ज हो रहे एक्शन क्यों नहीं हो रहा अज 12 इंसीडेंट हो गए कईयां दी मौतां हो गई ने अज तक तुसी हैरान होंगे एक बंदा भी गुनहगार नहीं पाया गया एक दे खिलाफ भी
ਕਾਰਵਾਈ ਨਹੀਂ। ਤੋਂ ਮਤਲਬ ਕੀ ਆ ਕਿ ਜੇ ਕਿਸੇ ਨੇ ਗਲਤੀ ਕੀਤੀ ਆ, ਜੇ ਕਿਸੇ ਨੇ ਗਲਤ ਕੰਮ ਕੀਤਾ ਉਹਦੇ ਖਿਲਾਫ਼ ਕਾਰਵਾਈ ਨਹੀਂ ਹੋਣੀ, ਮਤਲਬ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਜੇ ਹਾਦਸੇ ਵਾਪਰਦੇ ਰਹਿਣਗੇ, ਕਿਉਂਕਿ ਸਰਕਾਰ ਇਸ 'ਚ ਕਵਰ ਅਪ 'ਚ ਰਹੂਗੀ ਅਤੇ ਨੁਕਸਾਨ ਜਾਨੀ ਮਾਲੀ ਦੀ ਇਨਸਾਨ ਦੀ ਤਾਂ ਕੀਮਤ ਕੀ ਰਹੇਗੀ, ਮਨੁੱਖੀ ਦੀ ਕੀਮਤ, ਇੱਕ ਮਨੁੱਖੀ ਇਨਸਾਨ ਦੀ ਜਾਨ ਦੀ ਕੀਮਤ ਕਾਂਗਰਸ ਸਰਕਾਰ 'ਚ ਜ਼ੀਰੋ। ਇਨਹਿਊਮਨ ਐਕਟ ਮੈਂ ਕਹਿ ਸਕਦਾ, ਬੜਾ ਖਤਰਨਾਕ ਟ੍ਰੈਂਡ ਸੈੱਟ ਕੀਤਾ ਜਾ ਰਿਹਾ, ਕਿਉਂਕਿ ਕਾਰਵਾਈ ਕੋਈ ਨਹੀਂ, ਪਰਚਾ ਕੋਈ ਨਹੀਂ, ਕੋਈ ਫੜੇ ਨਹੀਂ, ਕਿ ਇਨਕੁਆਇਰੀਆਂ ਕਰਾ ਦਿੰਦੇ ਆ, ਖਜ਼ਾਨੇ 'ਚੋਂ ਪੈਸੇ ਖਰਚ ਹੋ ਜਾਂਦੇ ਆ ਇਨਕੁਆਇਰੀਆਂ 'ਚ, ਰਿਜ਼ਲਟ ਜ਼ੀਰੋ। ਸੱਚਾਈ ਤੁਹਾਡੇ ਸਾਹਮਣੇ ਆ ਗਈ ਜੀ ਕਿ ਜੋ ਗੱਲ ਹੈਬਿਚੁਅਲ ਲਾਇਰ ਅਤੇ ਹੈਬਿਚੁਅਲ ਅਫੈਂਡਰ, ਇਹ ਕਾਂਗਰਸ ਪਾਰਟੀ ਲਈ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਉਹਨਾਂ ਦੀ ਸਰਕਾਰ ਲਈ ਬਿਲਕੁਲ ਫਿੱਟ ਬਹਿੰਦਾ, ਕਿਉਂਕਿ ਅੱਜ ਉਹ ਰਕਮ ਜਾਰੀ ਹੋਈ ਹੈ। ਇਹਦਾ ਮਤਲਬ ਕਿ ਪਹਿਲੀ ਵਾਰ ਜਦ ਅਸੀਂ ਜੋ ਗੱਲ ਕਹਿ ਰਹੇ ਸੀ ਉਦੋਂ ਰਕਮ ਜਾਰੀ ਨਹੀਂ ਹੋਈ ਹੋਈ ਸੀ, ਔਰ ਸੈਂਟਰ ਨੇ ਆਪਣੀ ਰਕਮ ਭੇਜਤੀ, ਮਗਰ ਸੂਬੇ ਦੀ ਸਰਕਾਰ ਇਹ ਪੈਸੇ ਖਾਣ ਨੂੰ ਫਿਰਦੀ ਸੀ, ਭੱਜਦੀ ਸੀ ਆਪਣੀ ਜ਼ਿੰਮੇਵਾਰੀ 'ਚ। ਜਦੋਂ ਘੇਰਾ ਪਿਆ ਅਤੇ ਆਪਣੀ ਗਲਤੀ ਕਬੂਲਣ ਦੀ ਜਗ੍ਹਾ ਕਾਂਗਰਸ ਪਾਰਟੀ ਦੂਜਿਆਂ ਨੂੰ ਝੂਠਾ ਦੱਸਣ ਲੱਗ ਪਈ, ਮਗਰ ਉਹ ਸੱਚ ਤੁਹਾਡੇ ਸਾਹਮਣੇ ਆ, ਔਰ ਸੱਚਾਈ ਪੂਰੀ ਨਹੀਂ ਆਈ। 3,27,00,000 ਡਿਊ ਹੈ, 1,96,00,000 ਦਿੱਤਾ, ਬਾਕੀ ਪੈਸੇ ਨਹੀਂ ਦਿੱਤੇ। ਬਾਕੀ ਪੈਸੇ ਜਿਹੜੀ ਸਰਕਾਰ ਖਾਣਾ ਚਾਹੁੰਦੀ ਆ ਜਾਂ ਰੱਖਣਾ ਚਾਹੁੰਦੀ ਆ ਜਾਂ ਦਬਾਉਣਾ ਚਾਹੁੰਦੀ ਆ, ਉਹਦੇ ਬਾਰੇ ਵੀ ਸਥਿਤੀ ਸਪਸ਼ਟ ਕਰ ਦੇਣ ਕਿ ਕਦੋਂ ਤੱਕ ਦੇਣੇ, ਔਰ ਚਾਹੇ ਉਹ ਦੁਰਗਿਆਨਾ ਮੰਦਿਰ ਦੇ ਆ, ਭਗਵਾਨ ਵਾਲਮੀਕ ਜੀ ਦੇ ਸਥਾਨ ਦੇ ਆ, ਜਾਂ ਜਿੱਥੇ ਜਿੱਥੇ ਇਹਨਾਂ ਨੇ ਵਾਅਦਾ ਕੀਤਾ, ਉਹਨਾਂ ਦੇ ਅੱਜ ਤੱਕ ਪੈਸੇ ਕਿਉਂ ਨਹੀਂ ਪਹੁੰਚਾਏ? ਔਰ 2 ਸਾਲ ਦੇ ਪੈਸੇ ਆ, 17-18, 18-19, ਔਰ ਇਹਨਾਂ ਨੇ ਇੱਕ ਕਿਸ਼ਤ ਜਾਰੀ ਕੀਤੀ 18-19 ਦੀ, 17-18 ਦੀ ਹਾਲੇ ਤੱਕ ਇਹ ਗੱਲ ਹੀ ਨਹੀਂ ਕਰ। ਸਰ, ਜਿਹੜੇ ਆਮ ਕਾਂਗਰਸ ਨੇ ਕਿਹਾ ਸੀਗਾ ਕਿ ਆਵਾਂਗੇ ਤੇ ਵਪਾਰ ਵਧੇਗਾ, ਵਪਾਰ ਨੂੰ ਫਲਰਿਸ਼ ਕਰਾਂਗੇ, ਉਹਦੇ ਬਜਾਏ ਉਲਟਾ ਬਿਜਲੀ ਮਹਿੰਗੀ ਕਰਨ ਕਰਕੇ ਵਪਾਰ ਜਿਹੜਾ ਹੋਰ ਨੀਚੇ ਹਾਲਾਤਾਂ 'ਚ ਚਲਾ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਫੈਕਟ ਹੈ ਕਿ ਪੰਜਾਬ ਦੀ ਕਾਂਗਰਸ ਦੇ ਸਰਕਾਰ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ 5 ਰੁਪਏ ਬਿਜਲੀ ਮਿਲੇਗੀ, ਔਰ ਅੱਜ ਤੁਹਾਡੇ ਸਾਹਮਣੇ ਹੈ ਕਿ ਪੰਜਾਬ ਦੀ ਬਿਜਲੀ ਕਾਂਗਰਸ ਸਰਕਾਰ ਨੇ ਸਭ ਤੋਂ ਮਹਿੰਗੀ ਕਰਤੀ, 22 ਵਾਰੀ ਇਹਦੀ ਇਨਕਰੀਜ਼ ਹੋਈ ਹੈ, ਕੋਈ 30% ਬਿਜਲੀ ਦੇ ਰੇਟਾਂ 'ਚ ਸੀਰੀਅਸ ਵਾਧਾ ਕੀਤਾ। ਅੱਜ ਪੰਜਾਬ ਦੀ ਬਿਜਲੀ ਸਭ ਤੋਂ ਮਹਿੰਗੀ ਹੈ, ਇੰਡਸਟਰੀ ਨੂੰ ਕੀ, ਘਰਾਂ ਨੂੰ ਕੀ, ਬਿਜਲੀ ਆਉਂਦੀ ਨਹੀਂ ਮਗਰ ਲੱਖਾਂ ਰੁਪਏ ਦਾ ਬਿੱਲ ਜ਼ਰੂਰ ਆ ਜਾਂਦਾ, ਇਕੱਲਾ ਪੱਖਾ ਚਲਾਉਣ ਵਾਲੇ ਨੂੰ ਜਾਂ ਬਲਬ ਬਾਲਣ ਵਾਲੇ ਨੂੰ 50,000-1,00,000 ਰੁਪਈਆ ਬਿੱਲ ਆਜੂ, ਬਿਜਲੀ ਪਹੁੰਚੂ ਨਾ, ਇਹ ਅਸਲੀਅਤ ਹੈ। SC ਭਾਈਚਾਰਾ ਹੋ ਗਿਆ, BC ਹੋ ਗਿਆ, ਇੰਡਸਟਰੀ ਹੋ ਗਿਆ, ਸਧਾਰਨ ਘਰੇਲੂ ਖਪਤਕਾਰ ਹੋ ਗਏ, ਸਭ ਨੂੰ ਸਭ ਤੋਂ ਮਹਿੰਗੀ ਬਿਜਲੀ ਦਾ ਪੰਜਾਬ ਦੀ ਕਾਂਗਰਸ ਸਰਕਾਰ ਦੇ ਮਾਰ ਝੱਲਣੀ ਪੈ ਰਹੀ। ਅਕਾਲੀ ਸਰਕਾਰ ਮੂਵਮੈਂਟ ਇਹਦੇ ਖਿਲਾਫ਼ ਬਿਲਕੁਲ, ਅਸੀਂ ਤਾਂ ਹਰ ਮੁੱਦੇ ਦੇ ਉੱਤੇ ਬੜੀ ਤਕੜੀ ਮੁਹਿੰਮ ਸਰਕਾਰ ਦੇ ਖਿਲਾਫ਼, ਅੱਗੇ ਵੀ ਵਿਧਾਨ ਸਭਾ 'ਚ ਅਤੇ ਹੋਰ ਫੋਰਮਾਂ 'ਤੇ ਇਹਨਾਂ ਦੇ ਖਿਲਾਫ਼ ਵਿੱਢਦੇ ਰਹੇ ਹਾਂ, ਆਉਣ ਵਾਲੇ ਸਮੇਂ 'ਚ ਵੀ ਲੜਾਈ ਜਾਰੀ ਰੱਖ। 41 ਵਾਅਦੇ ਪੂਰੇ ਕਰਤੇ, ਔਰ ਇਹ ਝੂਠ ਕਈ ਵਾਰੀ ਬੋਲਿਆ ਗਿਆ। ਬੀਬੀ ਸੋਨੀਆ ਗਾਂਧੀ